ਬਾਬਾ ਬੜਾ ਤਪਾਉਂਦਾ ਯਾਰ, ਬੀੜੀਆਂ ਲੈਣ ਗਏ ਨਹੀਂ ਵਾਪਸ ਆਇਆ। ਇੱਦਾਂ ਡੰਗਾ ਕਿਵੇਂ ਲੈਣੇ? ਆਹੋ ਆਉਂਦਾ ਤੁਰਿਆ। ਭਾਂਡਾ ਖਾਸਮ ਬਾਬਾ ਬਣਿਆ ਬੈਠਾ ਗਾ, ਬੀੜੀਆਂ ਲੈਣ ਮੈਨੂੰ ਭੇਜਤਾ, ਭਾਵੇਂ ਬਣਿਆ ਬੜਾ ਸਾਧਾ। ਉਹ ਕੀ ਬੁੜ ਬੁੜ ਕਰਦਾ ਹੁਣ ਬਾਬਾ? ਓਏ ਕੁਛ ਨਹੀਂ, ਖੜਾ ਹੋ, ਲੈ ਐਂ ਬੈਠਾ ਤੇ ਸੰਘਰਸ਼ ਨਾਲ। ਉਹ ਮੈਨੂੰ ਵੀ ਦੇ ਦਿਆ ਕਰ ਮੌਕਾ, ਫਿਰ ਮੈਂ ਵੀ ਅੱਗੇ ਗੱਦੀ ਸਾਹਮਣੇ ਤੇਰੀ। ਲੋਕ ਠੱਗਣੇ ਨਾ ਮੈਂ ਬੜੇ ਚਿਰ ਤੋਂ ਸਿੱਖੇ ਨੇ, ਬਹਿ ਜਾ ਅੱਜ ਕੱਲ੍ਹ। ਤੂੰ ਹੁਣੀ ਪਾਲ ਦਾਂਗਾ, ਨਾ ਨਾ ਬਿੜੀ ਤਾਂ ਲਾਲਾ ਜੀ ਯਾਰ, ਬੀਣੀਆਂ ਤੂੰ ਤੇਰੇ ਵਾਲੇ ਜਿਹੜੇ ਰਖਾਤੇ ਆਪ ਕਸ ਲੈ ਨਾ, ਮੇਰੇ ਨਾਲ ਹਾਲ ਕਰਿਆ। ਆਏ ਖੁੱਲੀਆਂ ਹੀ ਆ, ਕਿਵੇਂ ਲਿਆ ਆ ਇਹਨਾਂ ਨੂੰ ਅੱਜ ਬਾਬਾ? ਕੋਈ ਆ ਹੀ ਨਹੀਂ ਹੈਗਾ ਯਾਰ। ਓਏ ਆਉਣਗੇ ਤੈਨੂੰ ਕੀ ਪਤਾ ਕਰਤਾ, ਉਹ ਅੱਜ ਤਾਂ ਆਪਣਾ ਓਏ ਦਿਨ ਵੀ ਨਹੀਂ ਸੀ ਯਾਰ ਚੌਂਕੀ ਦਾ, ਅਜੇ ਟਾਈਮ ਨਹੀਂ ਹੋਇਆ। ਤਾਂ ਬਾਲ ਕੋ ਰੱਖਿਆ ਪੂਰਾ ਗੈਟ ਪਚਾ ਰਿਹਾ ਇੱਥੇ। ਪਹਿਲਾਂ ਤੂੰ ਬਾਬੇ ਦੇ ਬਰਾਬਰ ਚ ਬੈਠਾ, ਗਲਤ ਤੇਰੀ ਗੱਲ ਹੈ, ਥੱਲੇ ਆ। ਉਹ ਤੂੰ ਪੈ ਜਾ, ਮੈਂ ਲੱਤਾਂ ਕੁੱਟ ਦੂੰ ਮੈਂ। ਬਾਬੇ ਦੇ ਬਰਾਬਰ ਬੈਠਣ ਨੂੰ ਆਊ ਕਿਵੇਂ ਕੋਈ? ਉਹ ਫਿਰ ਮੈਂ ਤਾਂ ਥੱਲੇ ਬਹਿੰਦਾ, ਬੁਰਾ ਲੱਗੂ ਨਾ ਸੰਗਤ ਚ। ਚੱਲ ਚੜਾ ਕੇ ਤੂੰ ਕੋਈ ਲਗਾ, ਜੋਤਾਂ ਜੁੱਤਾਂ ਜਗਾ। ਕਰ ਲੈਂਦੇ ਆ ਕੋਈ ਨਾ ਹੱਲ, ਪਹਿਲਾਂ ਮੰਡਲ ਲਖੋ ਦੇ, ਕੋਈ ਆ ਜਾਂਦਾ ਕਈ ਵਾਰ। ਜਗਾ ਜੋਤਾਂ ਬਿੜੀ ਪੀਣੀ ਆ ਬਾ, ਕਿੱਥੇ ਪਿਆ ਇਹ ਤਾਂ ਮੈਂ ਬਾਅਦ ਚੋਂ ਪੀਊਂ ਕੋਈ। ਲੈ ਆ ਜਾ ਕੇ ਪੀ ਲਾ ਤੂੰ ਫਤਾ ਫਾ। ਚੱਲ ਮੈਂ ਕਰਦਾ ਹੱਲ ਕੋਈ ਨਾ। ਬਾਬਾ ਬੀੜੀ ਬੂੜੀ ਕਰਦੇ ਬੰਦ, ਸੰਗਤ ਆ ਗਈ ਉਧਰੋਂ। ਉਹ ਭਗਤਾ ਸਵਾਦ ਹੀ ਖਰਾਬ ਕਰਤਾ ਜਮਾ। ਇਹ ਪਵਾਏਗਾ, ਮੇਰੀ ਗੱਲ ਸੁਣ। ਹਾਂ ਅੱਖ ਮਾਰਿਆ ਤੂੰ ਥੋੜੀ ਸਰ ਜਾ, ਕੋਣ ਹੋਰ ਜਾ ਕਰੀਂ ਅੱਗੇ? ਕੋਈ ਨਾ ਕੋਈ ਨਾ। ਹਾਂ ਚੰਗਾ, ਤੂੰ ਤੇ ਤੂਤ ਕਰ ਲਈ ਸੀ ਤਿਆਰ। ਆਏ ਬਾਬਾ ਕਰ ਲਾ ਲੱਤ ਜੀ। ਕਿੱਥੋਂ ਆਏ ਹੋ? ਕਰੋ ਬਾਬਾ, ਘਰੋਂ ਤਾਂ ਆਇਆ, ਕੋਈ ਪਿੰਡ ਵੀ ਹੋਊ, ਘਰੋਂ ਤਾਂ ਆਇਆਂਗੇ। ਕਿਹਦੀ ਗੱਲ ਵੀ? ਤੋਂ ਅੱਛਾ, ਬੜੀ ਦੂਰੋਂ ਆਇਆ ਫਿਰ ਤਾਂ ਯਾਰ ਚੱਲਿਆ। ਦੱਸ ਕਿਹਨੇ ਪਾਈ ਹੈ ਤੁਹਾਨੂੰ? ਪਿੰਡ ਦੇ ਬੰਦੇ ਨੇ ਪਾਈ ਆ ਬਾਬਾ। ਅੱਛਾ ਹੈਗੇ ਇਹਨਾਂ ਦੇ ਪਿੰਡ ਦੇ ਗਾ। ਉਹ ਬਾਬੇ ਬੀੜੀਆਂ ਨਹੀਂ ਪੀਂਦੇ ਦੋਸਤ, ਬਾਬੇ ਤਾਂ ਗ੍ਰਹਿ ਸਾਂਭ ਕੇ ਰੱਖਦੇ ਨੇ। ਐਵੇਂ ਬੋਲਦੇ ਬਾਬੇ, ਬੜੀ ਕਰਨੀ ਆ, ਇਹਨੇ ਸ਼ਰਾਬ ਦੇ ਦੇਣਗੇ ਤੁਹਾਨੂੰ। ਕਾਹਦੇ ਚੱਪਲਾਂ? ਜੈ ਸੰਤਾ ਜੀ, ਜੈ ਸੰਤਾ ਜੀ, ਜੈ ਸੰਤਾ ਜੀ। ਕੋਈ ਨਾ ਕੋਈ ਨਾ, ਪਰਸੋਂ ਪੈ ਜਾ ਪੈ ਜਾ। ਉਹ ਤੂੰ ਇਹ ਪਿੱਛੇ ਰਹਿ ਜਾ, ਪੈਰੀ ਹੱਥ ਲਾ ਦੇ ਪੁੱਤ, ਚੱਲ ਬਹਿ ਜਾ ਉੱਥੇ। ਤੁਹਾਡੀ ਭੈਣ ਨੂੰ ਬਾਬੇ ਬੀੜੀਆਂ ਪੀਂਦੇ ਓਏ। ਫਿਰ ਬਾਬਾ ਜੀ ਉਹ ਬੀੜੀ ਕਹਿ ਤੋ ਭਈਆ, ਓਏ ਚੇਲੇ ਆਉਂਦੇ ਪੀ ਲੈਂਦੇ ਜਿਹੜੇ ਪੁੱਛਾ ਚੱਲਣ, ਇਹ ਸਾਂਭ ਕੇ ਰੱਖਿਆ ਮੰਗ ਲੈਂਦਾ ਬੱਚਾ ਕਦੇ ਵੀ ਕੋਈ। ਬਸ ਮੱਝਦਾ ਕਣਕ ਨੇ ਪਾਏ ਕੀ ਦੁੱਖ ਹੈ, ਮਿਲਦੀ ਨੀ। ਹਾਂ ਨਵੇਂ ਦੁੱਧ ਨੀ ਰਲਦੀ, ਲਾ ਦੀਏ ਰਲਣਾ, ਆਉਂਦੇ ਸਾਲ ਦੀ ਸਾਲ ਲਾ ਦੀਏ ਸੂਣਾ, ਚੌਂਕੀ ਭਰ ਆਉਣਾ ਪਿਆ ਕਰੂ ਬਾਬਿਆਂ ਤੇ, ਬਾਬੇ ਬਹੁਤ ਕੁਛ ਮੰਗਦੇ ਆ। ਚੱਲ ਚੱਲਿਆ ਦੱਸ, ਆ ਗਈ ਪੈਰ ਦੀ ਮਿੱਟੀ ਆ ਗਈ, ਨਜ਼ਰ ਲੱਗੀ ਆ ਮੈਂ ਇਸ ਨੂੰ। ਹਲੋ ਬਾਬੇ ਕਰਨਗੇ, ਤਵੀਤ ਦਿੰਦੇ ਤੈਨੂੰ।
ਪਾਣੀ 'ਚ ਘੋਲ ਕੇ ਸਾਰੇ ਵਿਹੜੇ 'ਚ ਸਿੱਟਾ ਦੇ ਦੀ ਅਤੇ ਮੱਝ ਨੂੰ ਪਿਆਈ ਥੋੜ੍ਹਾ ਜਿਹਾ ਜਾ ਵਿਹੜੇ ਪਾਰ ਹੋ ਜਾਣਗੇ। ਚੱਲ ਭਗਤਾ ਜਾ ਤਵੀਰ ਦੇ ਮੁੰਡੇ ਨੂੰ ਕਰਕੇ ਲੈ ਤੈਨੂੰ ਤਵੀਤ ਹੈ ਨਾ ਲੈ ਬਾਬਾ ਮੇਰੀ ਪਾਣੀ ਮੜੀ ਇੱਕ ਮਿੰਟ ਭਗਤਾ ਇੱਕ ਮਿੰਟ ਖੜਾ ਹੋ ਜਾ ਚੱਲ ਦੱਸ ਦਿਆ ਜਾ ਪਾਣੀ 'ਚ ਘੋਲ ਕੇ ਸਾਰੇ ਵਿਹੜੇ 'ਚ ਸਿੱਟਾ ਦੇਣਾ ਅਤੇ ਮੱਝ ਨੂੰ ਪਿਆ ਦੀ ਭਾਵੇਂ ਦਿਨ ਘਰੇ ਡੰਗਰ ਡਾਕਟਰ ਆ ਕੇ ਟੀਕਾ ਭਰ ਜੂਗਾ ਤੇਰੇ ਬੇੜੇ ਪਾਰ ਬਹਿ ਜਾ ਚੱਲ ਭਗਤ ਚੱਕ ਕਣ ਦੱਸ ਰੁਕ ਜਾ ਭਗਤ ਰੁਕ ਜਾ ਤੇਰੇ ਤੇ ਕਿਸੇ ਨੇ ਕਰਿਆ ਹੋਇਆ ਟੂਣਾ ਤੇਰੇ ਸੰਜੋਗ ਬੰਨੇ ਹੋਏ ਨੇ। ਅੱਛਾ ਬਾਬਾ ਸੱਤ ਚੌਂਕੀਆਂ ਭਰਨੀਆਂ ਪੈਣਗੀਆਂ ਬਾਬਿਆਂ ਦੀਆਂ ਭਰ ਦਾਂਗੇ ਬਾਬਾ ਠੀਕ ਆ ਤੇ ਇੱਕ ਬਾਬਾ ਮੰਗਦਾ ਮੀਟ ਤੇ ਮੁਰਗੇ ਮੁਰਗੀ ਤੇ ਬੋਲਤਲ ਦਾ ਸ਼ਰਾਬ ਦੀ ਦੇਸੀ ਦੀ ਠੀਕ ਆ ਬਾਬਾ ਚੁਰਾਹੇ ਚ ਧਰੇਈ ਠੀਕ ਆ ਬਾਬਾ ਠੀਕ ਹੈ ਠੀਕ ਆ ਤੇ ਤੈਨੂੰ ਸੱਤ ਚੌਂਕੀਆਂ ਭਰਨੀਆਂ ਪੈਣਗੀਆਂ ਉਦੋਂ ਬਾਅਦ ਤੈਨੂੰ ਦੇਖਣ ਵਾਲੇ ਆਉਣਗੇ ਠੀਕ ਆ ਬਾਬਾ ਭਰ ਦਾਂਗੇ ਚੌਂਕੀਆਂ ਦਾ ਸੱਤ ਦੀ ਬਜਾਏ ਵੀ ਵੱਧ ਭਰ ਦਾਂਗੇ ਜੇ ਅੱਠਵੀਂ ਚੌਂਕੀ ਤੇ ਨਾ ਆਇਆ ਤਾਂ ਦੇਖਣ ਵਾਲੇ ਜਵਾਬ ਦੇ ਕੇ ਜਾਣਗੇ ਫਿਰ ਐਂ ਕਰੀ ਜਦੋਂ ਹੋ ਗਿਆ ਵਿਆਹ ਠੀਕ ਆ ਬਾਬੇ ਠੀਕ ਹੈ ਸਿੰਘਣੀ ਨੂੰ ਇੱਥੇ ਛੱਡਣਾ ਪੂ ਸੇਵਾ ਵਾਸਤੇ ਤਿੰਨ ਮਹੀਨੇ ਠੀਕ ਆ ਬਾਬਾ ਛੱਡ ਜਾਂਗੇ ਬਾਬਾ ਚਾਹੇ ਨਾਲ ਹੀ ਤੂੰ ਰਹਿ ਜੀ ਪਰ ਰਹਿਣਾ ਤੁਹਾਨੂੰ ਅੱਡ ਅੱਡ ਪਿਆ ਕਰੂਗਾ ਠੀਕ ਆ ਠੀਕ ਹੈ ਠੀਕ ਆ ਕਰਾ ਦੀਏ ਬੇੜੇ ਪਾਰ ਫਿਰ ਮੰਨੇਗਾ ਬਾਬਿਆਂ ਨੂੰ ਕਰਾ ਦੇ ਬਾਬਾ ਬਹੁਤ ਟਾਈਮ ਹੋ ਗਿਆ ਚੱਲ ਭਗਤਾ ਬਸ ਲੈ ਤੇਰੇ ਬੇੜੇ ਪਾਰ ਹੋ ਜਾਣਗੇ ਠੀਕ ਆ ਬਾਬਾ ਠੀਕ ਹੈ ਠੀਕ ਆ ਜੀ ਆਉਂਦਾ ਕਿੱਥੋਂ ਆਇਆ ਮੈਂ ਤਾਂ ਜੀ ਬਹੁਤ ਦੂਰੋਂ ਆਇਆ ਚੰਡੂਗਾ ਤੋਂ ਆਇਆ ਜੀ ਬੜੇ ਹੀ ਦੂਰੋਂ ਆਇਆ ਉਹ ਸ਼ਰ ਕੋਈ ਗੱਲ ਨਹੀਂ ਤੇਰਾ ਬਾਬੇ ਸੁਣ ਲਈ ਬਾਬਿਆਂ ਨੇ ਠੀਕ ਆ ਬਾਬਾ ਚੱਲ ਕਰ ਬਾਬਿਆਂ ਤੇ ਸੇਵਾ ਹਜੇ ਨਹੀਂ ਜਾਣਾ ਠੀਕ ਮਿਲ ਕੇ ਜਾਈ ਬਾਬਿਆਂ ਨੂੰ ਠੀਕ ਆ ਬਾਬਾ ਚਲੋ ਠੀਕ ਆ ਜੀ ਚੰਗਾ ਭਗਤ ਬੱਚੇ ਦੀ ਕਣਕੀ ਦਾ ਓਕੜਾ ਹਾਂ ਦੱਸ ਕੀ ਦੁੱਖ ਹੈ ਬਾਬਾ ਸਸਤੇ ਆ ਰਹਿੰਦਾ ਏ ਸੁਸਤ ਕਾਹਦੇ ਕਰ ਰਹਿੰਦਾ ਹੈ ਪਤਾ ਨਹੀਂ ਬਾਬਾ ਇਹ ਤੇਰੇ ਕੋਲੇ ਆਇਆ ਦੱਸ ਗਏ ਫਿਰ ਦੱਸ ਦੇ ਬਾਬਾ ਫਿਰ ਕਰ ਦਈਏ ਹੱਲ ਭਗਤਾ ਕਰਦੇ ਬਾਬਾ ਲਾ ਦਈਏ ਸਣਾ ਲਾ ਦੇ ਚਲ ਓਏ ਚੱਕ ਗਾਣਾ ਬਾਬਾ ਥੋੜੇ ਲਾਣੇ ਚੋਂ ਮਰਿਆ ਕਿਹੜਾ ਹੋਵੇ ਕੇਵਲ ਨਾਂ ਦਾ ਬੰਦਾ ਕੋਈ ਮਰਿਆ ਸੀਗਾ ਜੀ ਮਰਿਆ ਸੀਗਾ ਲੱਸੀ ਪਾਉਣੇ ਨਾ ਹਾਂਜੀ ਆਈ ਨੀ ਕੀ ਮੱਸਿਆ ਤੇ ਪਾਈ ਨੀ ਪਤਾ ਨਹੀਂ ਘਰੇ ਪਤਾ ਹੋਣਾ ਬੁੜੀਆਂ ਨੂੰ ਤੇ ਬੁੜੀਆਂ ਨੂੰ ਪੁੱਛ ਕੇ ਰੱਖਿਆ ਕਰ ਫਿਰ
ਬੱਚੇ ਤੇ ਪ੍ਰੇਤ ਦਾ ਸਾਇਆ ਹੈ। ਪ੍ਰੇਤ ਹੁਣ ਵੀ ਤੁਹਾਡੇ ਨਾਲ ਆਇਆ ਪਾਸਾ ਬਾਹਰ ਖੜਾ ਹੈ। ਬਾਬਿਆਂ ਕਰਕੇ ਉਹ ਅੰਦਰ ਨਹੀਂ ਵੜਦਾ ਜਿੰਨਾ ਟਾਈਮ ਬਾਬੇ ਨੇ। ਹੁਣ ਕੋਈ ਡਰ ਨਹੀਂ ਤੇਰੇ ਬੱਚੇ ਨੂੰ ਬਾਬੇ ਦੀ ਸ਼ਰਨ ਚ। ਅੱਛਾ ਬਾਬਾ ਹੁਣ ਫਿਰ ਹੁਣ ਬਾਬੇ ਕਰਨਗੇ ਗੱਲ ਹੁਣ ਫਿਰ ਕੀ ਚੱਲ ਓਏ ਬਸ ਹੁਣ ਤੂੰ ਐ ਕਰੀ ਫੜੋ ਲੱਸੀ ਪੁੱਛੀ ਕਦਾਏ ਲੱਸੀ ਪਾਇਆ ਕਰੋ। ਚੰਗਾ ਬਾਬਾ ਠੀਕ ਹੈ। ਕੱਪੜੇ ਦਿੰਦੇ ਸੀ ਕੱਪੜੇ ਨਹੀਂ ਦਿੱਤੇ ਹੈਗੇ ਦੇ ਦੇ ਜੀ ਕਿੱਥੋਂ ਦੇਤੇ ਮੰਗੀ ਜਾਂਦਾ ਉਹ ਖੜਾ ਬਾਬੇ ਦੀ ਚੌਕੀ ਭਾਗ ਲੈ ਕਰ ਦੋ ਪਾਪਾ ਕਿੱਥੇ ਬਾਬਾ ਵੀ ਮਰੀ ਜਾਂਦਾ ਤੈਨੂੰ ਨਹੀਂ ਦੀਦਾ ਸਾਨੂੰ ਦੀਦਾ। ਅੱਛਾ ਤੇ ਸਾਡੇ ਕੋਲੇ ਕੀ ਲੈਣ ਆਏ ਤੈਨੂੰ ਦੀਦਾ ਹੁੰਦਾ। ਅੱਛਾ ਚੌਕੀ ਭਾਗ ਇਹਦੇ ਵਿੱਚ ਵਾ ਕੇ ਲਿਖਦਾ ਕੱਚੀ ਲੱਸੀ ਕੌਲੇ ਦੇ ਪਾ ਓਏ ਬਾਬਾ ਕੀ ਤੂੰ ਦਾ ਅੰਨਾ ਜਵਾਨੀ ਬਣਾਉਂਦੀ ਹੈਗੀ ਉਹ ਮਾਂ ਕਿਤੇ ਪਾਸਮ ਕਰ ਦੂੰ ਬਾਬਾ ਜੀ ਮੈਂ ਲੈ ਕੇ ਤੇ ਬਾਬੇ ਦੀ ਦੂਜੀ ਅੱਖਾਂ ਲੱਗੀਆਂ ਜਿਹੜੀ ਸਾਡੇ ਲੱਗੀਆਂ ਚੱਲ ਕੱਚੀ ਲੱਸੀ ਪਾ ਦੀ ਸਿਰ ਤੋਂ ਚਵਾ ਕੇ ਖੱਬੇ ਕੌਲੇ ਤੇ ਸੱਤ ਪਤਾਸੇ ਟੋਬੇ ਦੀ ਪਤਨ ਤੇ ਰੱਖੇ ਹੀ ਚਲੋ ਵੀ ਪ੍ਰਸ਼ਾਦ ਵੰਡੋ ਤੇ ਤੋਰੋ ਸੰਗਤ ਨੂੰ ਅੱਜ ਦਾ ਖਤਮ ਹੈ ਚੌਂਕੀ ਤੇ ਅਗਲੇ ਐਤਵਾਰ ਆ ਜਾਓ ਚੰਗਾ ਜੀ ਲਾਵਾਂਗੇ ਤੇਰੀ ਮੱਝ ਨਵੇਂ ਦੁੱਧ ਹੁਣ ਚਲੋ ਭਗਤ ਵੰਡ ਪ੍ਰਸ਼ਾਦ ਤੇ ਚੱਲੀਏ ਕਰ ਹੋਰ ਪਾ ਜਾਣਗੇ ਇੰਨੇ ਚੜਾਵੇ ਤੇ ਚਲੋ ਵੀ ਜਾਓ ਭਗਤ ਜਾਓ ਸੰਗਦੇ ਹੁਣ ਅੱਜ ਵੀ ਚੌਂਕੀ ਬਾਬਿਆਂ ਦੀ ਖਤਮ ਹੋ ਗਈ ਹੁਣ ਕਿੱਦੇ ਲੱਗੂ ਬਾਬਾ ਲੱਗਣ ਨੂੰ ਮੇਲਾ ਹੈ ਓਏ ਆ ਜਾਓ ਜੈ ਬਾਬਿਆਂ ਦੀ ਆਇਆ ਤੂੰ ਕਿਉਂ ਪਿੱਛੇ ਰਹਿ ਗਿਆ ਤੇ ਗਿਆ ਮੱਥਾ ਓਏ ਇਹਨਾਂ ਕਰੇ ਨਾ ਚੱਕ ਚਾ ਆਇਆ ਸੋਸਤੇ ਯਾ ਬਹੁਤ ਚੜਾਵਾ ਚੜ ਗਿਆ ਬਾਬਾ ਜਤਾਨਾ ਓਏ ਬਸ ਬਸ ਕਿੱਥੇ ਖਰਚਾ ਬਹੁਤ ਹੋਣਾ ਤੈਨੂੰ ਕੀ ਪਤਾ ਉਹ 10 ਰੁਪਏ ਬੀੜੀਆਂ ਪੀਣ ਨੂੰ ਦੇ ਦੇ ਯਾਰ ਪੀ ਜਾਣੇ ਮੰਡਲ ਪੀ ਤਾਂ ਲੈ ਇੱਥੇ ਨਾ ਸਿੱਟਾ ਕਾ ਟੋਟੇ ਬੇਇੱਜ਼ਤੀ ਕਰਵਾ ਦੇਣਾ ਬੁੜੀਆਂ ਵੀ ਆਉਂਦੀਆਂ ਨੇ ਇੱਥੇ ਵਿਚਾਲੇ ਛੜਦੂ ਟੋਟੇ ਤੂੰ ਸਿਰ ਬੜਾ ਘਮਾਉਣਾ ਤਾਂ ਚੱਕਰਾਂ ਨੂੰ ਲਾ ਦੇਣਾ ਯਾਰ ਕੋਈ ਕਰਨਾ ਪਤਾ ਨਹੀਂ ਉਹ ਨਹੀਂ ਸੀ ਲੰਬੂ ਵਾਲਾ ਤੇਲ ਨਾ ਰਤਨ ਦਾ ਉਹ ਵਰਤਿਆ ਕਰ ਉਹਦੇ ਨਾਲ ਨਹੀਂ ਆਉਂਦੇ ਉਹ ਤਾਂ ਵਰਤ ਲੈ ਯਾਰ ਤੂੰ ਐ ਮਾੜਾ ਘੱਟ ਕਮਾਇਆ ਕਰ ਸਿਰ ਕਰ ਚੱਲ ਆਬਾ ਫਿਰ ਤੁਸੀਂ ਹੁਣੇ ਹੁਣੇ ਸਾਡੀ ਵੀਡੀਓ ਦੇਖੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਿਓ ਅਤੇ ਇੱਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਕਰ ਲਿਓ ਆਉਣ ਤਾਂ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਧੰਨਵਾਦ ਜੀ।